ਇਹ ਇੱਕ ਸਪੇਰੇ ਦੀ ਬੀਨ ਵਰਗਾ ਸੰਗੀਤ ਦਾ ਸਾਧਨ ਹੈ। ਇਸ ਵਾਸਤੇ ਤੁਹਾਨੂੰ ਇੱਕ ਫਿਲਮ ਕੈਨ, ਕੁਝ ਗੁਬਾਰੇ, ਰੰਗੀਨ ਪੈਨ ਅਤੇ ਭਰਨ ਵਾਲਾ ਪੈਨ ਦਾ ਸਿੱਕਾ ਚਾਹੀਦਾ ਹੈ। ਇੱਕ ਸੁੱਕਾ ਹੋਇਆ ਸਕੈਚ ਪੈਨ ਲਵੋ, ਇਸ ਦੀ ਨਿਬ, ਅਖੀਰੀ ਹਿੱਸਾ ਅਤੇ ਇਸ ਵਿਚਲਾ ਸਿੱਕਾ ਕੱਟ ਦਵੋ। ਹੁਣ ਪੈਨ ਇੱਕ ਖਾਲੀ ਟਿਊਬ ਵਾਂਗ ਬਣ ਜਾਵੇਗਾ। ਕੈਂਚੀ ਨਾਲ ਇਸ ਵਿੱਚ ਦੋ ਛੋਟੀਆਂ ਛੋਟੀਆਂ ਮੋਰੀਆਂ ਕਰੋ। ਕੈਂਚੀ ਨਾਲ ਫਿਲਮ ਕੈਨ ਦੇ ਆਧਾਰ ਵਿੱਚ ਇੱਕ ਮੋਰੀ ਕਰੋ। ਮੋਰੀ ਇੰਨੀ ਕੁ ਵੱਡੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਵਿੱਚ ਸਕੈਚ ਪੈਨ ਆ ਸਕੇ। ਪੈਨ ਅਤੇ ਕੈਨ ਵਿੱਚ ਕੋਈ ਵੀ ਵਿੱਥ ਨਹੀਂ ਹੋਣੀ ਚਾਹੀਦੀ। ਹੁਣ ਇੱਕ ਛੋਟੀ ਮੋਰੀ ਕਰਕੇ ਉਸ ਵਿੱਚ ਬਾਲ ਪੈਨ ਦਾ ਸਿੱਕਾ ਫਿੱਟ ਕਰੋ। ਸਿੱਕਾ ਵੀ ਪੂਰੀ ਤਰ੍ਹਾਂ ਕੱਸਿਆ ਹੋਣਾ ਚਾਹੀਦਾ ਹੈ। ਇੱਕ ਫਾੜਿਆ ਹੋਇਆ ਗੁਬਾਰਾ ਲਵੋ ਅਤੇ ਇਸ ਨੂੰ ਖਿੱਚ ਕੇ ਕੈਨ ਦੇ ਮੂੰਹ ਤੇ ਲਾ ਦਵੋ। ਗੁਬਾਰੇ ਨੂੰ ਰਬੜ ਬੈਂਡ ਨਾਲ ਚੰਗੀ ਤਰ੍ਹਾਂ ਫਿੱਟ ਕਰ ਦਵੋ।